ਕੀ ਹਾਲ ਹੈ? ਉਮੀਦ ਕਰਨਾ ਸਭ ਦੋਸਤ ਕੈਰੀ ਦੇ ਨਾਲ ਹੋਣ ਗੱਲਾਂ ਪਾਕ ਅਤੇ ਕਰਮ ਅਤੇ ਫਸਲ ਦੇ ਨਾਲ ਅੱਜ ਦੀ ਵੀਡੀਓ ਤੇ ਯਾਦ ਕਰ ਲਿਆ। ਅਗਰ ਤੁਸੀਂ ਸਾਡੇ ਚੈਨਲ ਅਲਿਆਨ ਜ਼ਹੀਰ ਵਲੋਗ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਅੱਜ ਦੀ ਵੀਡੀਓ 'ਚ ਇਹੀ ਤੁਹਾਨੂੰ ਪੰਜਾਬ ਦਾ ਪਿੰਡ ਦਾ ਸੂਬਾ ਦਾ ਮਾਹੌਲ ਦਿਖਾਵਾਂਗੇ ਕਿ ਕੀ ਹਿਸਾਬ ਕਿਤਾਬ ਹੁੰਦਾ ਵੇ ਅਤੇ ਸੂਬਾ ਸੂਬਾ ਕਿਵੇਂ ਜੱਟ ਜਿਹੜੇ ਨੇ ਆਪਣੇ ਕੰਮਾਂ 'ਚ ਮਸਰੂਫ ਨੇ, ਕੀ ਸੂਰਤ ਦੇ ਹਾਲ ਹੈ। ਟੋਟਲ ਵੀਡੀਓ ਸਾਡੀ ਵੇਖਿਆ ਕਰੋ, ਸਕਿਪਣਾ ਕਰਿਆ ਕਰੋ, ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ। ਖੁਸ਼ੀ ਛਾਈ ਹੋਈ ਹੈ, ਇਹ ਪਿੰਡ ਦਾ ਮਾਹੌਲ ਹੈ ਸਰ। ਹਰ ਤਰਫ ਖਾਮੋਸ਼ੀ ਛਾਈ ਹੋਈ ਹੈ, ਬੜਾ ਪਿਆਰਾ ਅਤੇ ਪੁਰਸਕੂਨ ਮਾਹੌਲ ਹੈ। ਚੈੱਕ ਕਰੋ, ਸੂਰਜ ਨਿਕਲਣਾ ਹੈ, ਹਲੇ ਸੂਰਜ ਨਹੀਂ ਹਲੇ ਨਿਕਲਿਆ। ਇਹ ਜੀ ਸਰ ਪਿੰਡ ਦਾ ਮਾਹੌਲ ਹੈ। ਹਰ ਤਰਫ ਹਰਿਆਲੀ ਤਕਰੀਬਨ ਖਤਮ ਹੀ ਹੋ ਗਈ ਹੈ, ਪੱਠੇ ਹੀ ਨੇ ਹੁਣ। ਬਾਕੀ ਗੰਦਮ ਦੀ ਫਸਲ ਤਿਆਰ ਹੀ ਤਕਰੀਬਨ ਕੱਟ ਕੱਟੀ ਹੈ, ਥੋੜ੍ਹੀ ਬਹੁਤ ਰਹਿ ਗਈ ਹੈ। ਇਹ ਮਾਲ ਨੂੰ ਪਾਉਣ ਵਾਸਤੇ ਇਹ ਮਾਲ ਪਿੱਛੇ ਭੱਜਿਆ ਆ ਗਿਆ ਹੁਣ ਇਸ ਟਾਈਮ। ਸਾਰਾ ਤਕਰੀਬਨ ਜਿਹੜਾ ਨਾ ਪੱਠਿਆਂ ਦਾ ਟਾਈਮ ਹੈ ਜਾਨਵਰਾਂ ਦਾ, ਹਰ ਬੰਦਾ ਜਿਹੜਾ ਨਾ ਇਸ ਟਾਈਮ ਬੜੇ ਕੰਮ ਕਾਜ ਦੇ ਵਿੱਚ ਮਸਰੂਫ ਹੁੰਦਾ। ਕੋਈ ਜਿਹੜਾ ਜਾਨਵਰ ਨਵਾਉਂਦੇ ਆ ਉਹ ਚਾਚੂ ਹੋਰੀ ਜਿਹੜੇ ਨਾ ਉਹ ਮਾਝ ਨੂੰ ਨਵਾਉਂਦੇ ਹਨ। ਸੁਬਹਾ ਸੁਬਹਾ ਧਾਰਾਂ ਕੱਢਣ ਦਾ ਟਾਈਮ ਹੈ, ਸਾਫ਼ ਸੂਫ ਕਰਦੇ ਪਏ ਨੇ ਜਾਨਵਰ। ਇੱਥੇ ਲੈ ਮਸ਼ੀਨ ਖਲੋਤੀ ਹੈ ਤੂੜੀ ਬਣਾਉਣ ਵਾਲੀ, ਠੀਕ ਹੋ ਗਿਆ। ਮੈਂ ਚੈੱਕ ਕਰੋ, ਤੂੜੀ ਬਣਾਉਣ ਵਾਲੀ ਮਸ਼ੀਨ ਖਲੋਤੀ ਹੈ। ਹੁਣ ਈਦ ਦੀ ਛੁੱਟੀ ਹੈ, ਆ ਗਈਆਂ ਨੇ ਈਦ ਦੀਆਂ ਛੁੱਟੀਆਂ। ਜਵਾਨ ਜਿਹੜੇ ਨੇ ਨਾ, ਮਤਲਬ ਕਿ ਜਿਹੜੇ ਬੰਦੇ ਹਨ ਕੰਮ ਕਰਨ ਵਾਲੇ, ਉਹ ਚਲੇ ਗਏ ਨੇ ਛੁੱਟੀ, ਅਤੇ ਹੁਣ ਈਦ ਤੋਂ ਬਾਅਦ ਹੀ ਕੰਮ ਚੱਲਣਾ ਮਸ਼ੀਨਾਂ ਵਾਲਾ, ਸਾਰੇ ਜਣੇ ਈਦ ਵਗੈਰਾ ਚਲੇ ਗਏ ਨੇ।